ਇਹਨਾਂ 36 ਵਰਿਆਂ ਦੇ ਵਿੱਚ ਨਾਇਕਾਂ ਦੀ ਇੱਕ ਲੰਬੀ ਲਾਈਨ ਸਾਨੂੰ ਹਮੇਸ਼ਾ ਜਦੋਂ ਅਸੀਂ ਸਾਡੀ ਨੈਕਸਟ ਜਨਰੇਸ਼ਨ ਇਸ ਝੰਡਿਆਂ ਨੂੰ ਚੁੱਕ ਰਹੀ ਹੈ ਤੇ ਉਹਨਾਂ ਦੇ ਸਾਹਮਣੇ ਬਿਆਨ ਸਿੰਘਾਂ ਸਤਵੰਤ ਸਿੰਘਾਂ ਜਿੰਦਿਆਂ ਸੁਖਿਆਂ ਦਲਾਵਰ ਸਿੰਘਾਂ ਰਾਜੋ ਆਣਿਆ ਹਵਾਰਿਆਂ ਦੇ ਰੂਪ ਦੇ ਵਿੱਚ ਕਿੰਨੇ ਆਈਕਨ ਨੇ ਕਿ ਜਿਨ੍ਹਾਂ ਨੇ ਕਿਵੇਂ ਦੁਸ਼ਮਣ ਨੂੰ ਵੰਗਾਰਿਆ ਵੀ ਔਰ ਦੁਸ਼ਮਣ ਨੂੰ ਵਟੇ-ਵਟ ਵੀ ਪਾਇਆ ਦੁਨੀਆਂ ਦੇ ਜੇ 150 ਦੇ ਲਗਭਗ ਦੇਸ਼ਾਂ 'ਚ ਸਿੱਖ ਰਹਿੰਦੇ ਨੇ ਹਰ ਥਾਂ ਖਾਲਸਤਾਨ ਦੇ ਮੁਦਈ ਵੀ ਨੇ ਪੈਰੋਕਾਰ ਵੀ ਨੇ ਔਰ ਜੇ ਅਸੀਂ ਯੂਰਪ ਔਰ ਨਾਰਥ ਅਮਰੀਕਾ ਦੇ ਹਵਾਲਿਆਂ ਨਾਲ ਦੇਖੀਏ ਤੇ ਸਾਰੇ ਹੀ ਵੱਡੇ ਗੁਰਦੁਆਰੇ ਪ੍ਰੋਮੀਨੈਂਟਲੀ ਉਹ ਖਾਲਸਤਾਨੀ ਵਿਚਾਰਧਾਰਾ ਵਾਲਿਆਂ ਦੇ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਦੁਨੀਆਂ ਪਰ ਜਦੋਂ ਇਸ ਮਹੀਨੇ ਖਾਲਸਾ ਸਾਜਨਾ ਦਿਵਸ ਪੈਰੇਡਸ ਨਿਕਲ ਰਹੀਆਂ ਨੇ ਤਾਂ ਹਰ ਥਾਂ ਖਾਲਸਤਾਨ ਦੇ ਜਿਹੜੀ ਗੱਲ ਹੈ ਉਹ ਹਵਾ ਦੇ ਵਿੱਚ ਫਜ਼ਾ ਦੇ ਵਿੱਚ ਜਿਹੜੀ ਹੈ ਬੁਲੰਦ ਹੈ ਅੱਜ ਵੀ ਬੇਸ਼ੱਕ ਹਕੂਮਤ ਦਾ ਜੇ ਅਸੀਂ ਮੀਡੀਆ ਦੇ ਕੰਟਰੋਲ ਦੇਖੀਏ ਲੇਕਿਨ ਇੱਕ ਨਵਾਂ ਵੈਪਨ ਜਿਹੜਾ ਸੋਸ਼ਲ ਮੀਡੀਆ ਦੇ ਰੂਪ ਸਾਹਮਣੇ ਆਇਆ ਉਸ ਨੇ ਉਸ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਮੇਨ ਪ੍ਰੋਗਰਾਮਾਂ ਜਿभी ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਲਸਤਾਨ ਦੇ ਨੈਰੇਟਿਵ ਨੂੰ ਜਦੋਂ ਐਨ ਕੁਰਸੀਆਂ ਖਾਲੀ ਹੋਣ ਜਾਂ ਜਿਵਾਨ ਹਾਰ ਖਾਲੀ ਹੋਏ ਉਦੋਂ ਲਈ ਛੱਡ ਦਿੰਦੇ ਨੇ ਪਹਿਲਾਂ ਉਹ ਹੋਰ ਹੋਰ ਚੀਜ਼ਾਂ ਦੇ ਉੱਤੇ ਵਕਤ ਜ਼ਾਇਆ ਕਰਵਾਉਂਦੇ ਨੇ ਈਵਰਜ਼ ਬ੍ਰੇਕ ਮਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਜਿਵੇਂ ਟੋਟਲ ਵਾਰ ਦੀ ਤੁਸੀਂ ਗੱਲ ਕਰਦੇ ਆ ਸਾਰੇ ਫਿਜ਼ੀਕਲ ਇਕਨੋਮਿਕਲ ਹਿਸਟੋਰੀਕਲ ਜੈਨੋਸਾਈਡ ਦਾ ਲਾਈਕ ਡिटेल ਦੇ ਵਿੱਚ ਦੱਸਿਆ ਆ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਅੱਜ ਦੇ ਹਾਲਾਤਾਂ ਵੱਲ ਦੇਖਦੇ ਆ ਤੇ ਲੋਕਾਂ ਦੇ ਵਿੱਚ ਇੱਕ ਮੁਨਕਰ ਹੋਣ ਦੀ ਭਾਵਨਾ ਇਹਦੇ ਤੋਂ ਭੱਜਣ ਦੀ ਭਾਵਨਾ ਜਾਂ ਦੇਖ ਕੇ ਵੀ ਨਾ ਦੇਖਣ ਦੀ ਜਿਹੜੀ ਗੱਲ ਹੈ ਉਹ ਬੜੀ ਪ੍ਰਭਾਵਤਾ ਦੇ ਨਾਲ ਦੇਖਣ ਦੇ ਵਿੱਚ ਆਉਂਦੀ ਆ ਸੋ ਉਸੇ ਦੇ ਵਿੱਚੋਂ ਹੀ ਜਿਹੜੇ ਸਵਾਲ ਉੱਠਦੇ ਆ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜੀ ਕੀ ਖਟਿਆ ਤੇ ਕੀ ਪਾਇਆ ਸੋ 36 ਸਾਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਜਾਂ ਤੁਸੀਂ ਜਿਵੇਂ 75 ਸਾਲਾਂ ਦੀ ਵੀ ਗੱਲ ਕੀਤੀ ਆ ਜੇ ਸਾਰੇ ਪਛੋਕੜ ਨੂੰ ਦੇਖਣਾ ਹੋਵੇ ਤੇ ਇਹੀ ਇੱਕ ਮੁਲਾਂਕਣ ਕਰਨਾ ਬਣਦਾ ਹੈ ਇਹ ਵੀ ਇੱਕ ਗੱਲ ਇਹਦੇ ਤੇ ਦੇਖਣੀ ਬਣਦੀ ਹੈ ਵੀ ਖਟਿਆ ਕੀ ਪਾਇਆ ਕੀ ਤੇ ਕਿੰਨਾ ਕ ਅੱਗੇ ਵਧੇ ਆ ਜਾਂ ਸਾਡੀਆਂ ناکਾਮੀਆਂ ਕਿੱਥੇ ਰਹੀਆਂ ਨੇ ਦੇਖੋ ਮੈਂ ਸਮਝਦਾ ਹਾਂ ਵੀ 36 ਸਾਲਾਂ ਦੀਆਂ ਜਿੰਨੀਆਂ ਸਾਡੀਆਂ ਪ੍ਰਾਪਤੀਆਂ ਨੇ ਹੈਵੀ ਆਡਸ ਦੇ ਅਗੇਂਸਟ ਇੰਡੀਅਨ ਸਟੇਟ ਦੇ ਅਗੇਂਸਟ ਏ ਰਿਮਾਰਕੇਬਲ ਨੇ ਹਿਸਟੋਰੀਕਲ ਨੇ ਔਰ ਅਨਪੈਰਲਡ ਨੇ ਕਿਉਂਕਿ ਮੈਂ ਕਿਸੇ ਦੁਨੀਆ ਦੀ ਜੇ ਹੋਰ ਸਿਆਸੀ ਆਜ਼ਾਦੀ ਲਹਿਰ ਨਾਲ ਨਾ ਵੀ ਕੰਪੇਅਰ ਕਰਾਂ ਕਿਉਂਕਿ ਸਾਡੀ ਆਪਣੀ ਹਿਸਟਰੀ ਅਸੀਂ ਰੋਜ਼ਾਨਾ ਦੋ ਵੇਲੇ ਦੀ ਅਰਦਾਸ ਦੌਰਾਨ ਦੇ ਜੇ ਅਸੀਂ 18ਵੀਂ ਸਦੀ ਚ 1699 ਤੋਂ 1799 ਤੱਕ ਦਾ ਆਪਣਾ ਸਫ਼ਰ ਦੇਖੀਏ ਬਾਬਾ ਬੰਦਾ ਸਿੰਘ ਬਹਾਦਰ ਫਿਰ ਇੱਕ 10-15 ਸਾਲ ਦਾ ਟੋਟਲ ਕੁਆਇਟ ਪੀਰੀਅਡ ਫਿਰ ਮਿਸਲ ਪੀਰੀਅਡ ਤੱਕ ਪਹੁੰਚਣ ਤੋਂ ਪਹਿਲਾਂ ਪਰਸੀਕਿਊਸ਼ਨ ਦਾ ਪੀਰੀਅਡ ਫਿਰ ਕੱਲੂਕਾਰਿਆਂ ਦਾ ਪੀਰੀਅਡ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਔਰ ਫਿਰ ਜੀਓ ਪੋਲੀਟੀਕਲ ਚੇਂजेस ਨਾਦਰ ਸ਼ਾਹ ਦਾ 1739 ਚਾਨਾ ਮੁਗਲਿਆ ਸਾਮਰਾਜ ਦੀ ਵੀਕਨੈਸ ਵੱਲ ਜਾਣਾ ਔਰ ਉਸ ਓਪਰਚੁਨਿਟੀ ਚੋਂ ਫਿਰ 12 ਮਿਸਲਾਂ ਦਾ ਔਰ ਮਾਰਜਾ ਰਣਜੀਤ ਸਿੰਘ ਦੇ ਰੂਪ ਚ 1799 ਤੱਕ ਪਹੁੰਚਦੇ ਆ ਫਿਰ ਅਸੀਂ ਉਸ ਵੱਡੇ एंपਾਇਰ ਦੀ ਗੱਲ ਕਰਦੇ ਸੋ ਅਸੀਂ ਸਮਝਦੇ ਆ ਕਿ ਵੀ ਸਭ ਤੋਂ ਜ਼ਰੂਰੀ ਹੁੰਦਾ ਕਿਸੇ ਵੀ ਮੂਵਮੈਂਟ ਦੇ ਵਿੱਚ ਮੂਵਮੈਂਟ ਦਾ ਨਿਸ਼ਾਨਾ ਔਰ ਦੁਸ਼ਮਨ ਦੀ ਪਛਾਣ ਇਸ ਗੱਲ ਦਾ ਧਿਆਨ ਰੱਖੇ ਕਿ ਜੂਨ 84 ਦੇ ਖੱਲੂਕਾਰੇ ਨੇ ਦੋਨੋਂ ਹੀ ਇਹ ਜਿਹੜੀ ਪਾਰਟ ਨੇ ਉਹ ਇਕੋ ਗੋ ਦੇ ਵਿੱਚ ਸਾਨੂੰ ਹਾਸਲ ਕਰਵਾ ਦਿੱਤੇ ਜਦੋਂ ਹੁਣ ਅਫਸਰ ਐਸ ਰੰਦਾਵਾ 9 ਜੂਨ ਨੂੰ ਬਾਰਡਰ ਦੇ ਦੂਜੇ ਪਾਸੇ ਬੈਠ ਕੇ ਕਹਿੰਦਾ ਕਿ ਵੈਰੀਆਂ ਕੱਢ ਵਿਖਾ ਲਿਆ ਪੰਜ ਸਦੀਆਂ ਦਾ ਵੈਰ ਤੇ ਇਸ ਗੱਲ ਦਾ ਧਿਆਨ ਰਹਿ ਕੇ ਜਿਹੜਾ ਵੈਰੀ ਬ੍ਰਾਹਮਣਵਾਦ ਪੰਜ ਸਦੀਆਂ ਤੋਂ ਲੁਕਿਆ ਹੋਇਆ ਸੀ ਜਿਸ ਨੂੰ ਸਾਡਾ ਇੱਕ ਤਬਕਾ ਉਹ ਭਾਵੇਂ ਸਿੱਖ ਰਾਜ ਦੇ ਪੀਰੀਅਡ ਚ ਹੋਏ ਜਾਂ 47 ਤੋਂ ਬਾਅਦ ਦੇ ਪੀਰੀਅਡ ਚ ਵੀ ਹੋਏ ਉਹ ਆਪਣਾ ਸਾਥੀ ਸਹਿਯੋਗੀ ਸਮਝ ਕੇ ਉਹਨਾਂ ਵੱਲੋਂ ਅਵੇਸਲਾ ਸੀ ਉਹਨਾਂ ਨੂੰ ਇਹ ਪਰਖ ਹੀ ਨਹੀਂ ਸੀ ਕਿ ਭਾਈ ਇਹ ਕਿਵੇਂ ਗੁਰੂ ਨੇ ਸਾਨੂੰ ਬੇਪਰਕੀ ਰੀਤ ਤੋਂ ਵਰਜਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਨੇ ਐਨਮੀ ਨੂੰ ਆਇਡੈਂਟੀਫਾਈ ਕੀਤਾ ਹੋਇਆ ਅਸੀਂ ਅਵੇਸਲੇ ਸੀ ਸੋ ਜੂਨ 84 ਦੀ ਉਸ ਪਹਿਲੇ ਹਫਤੇ ਐਨਮੀ ਦਾ ਆਇਡੈਂਟੀਫਾਈ ਹੋਣਾ ਜਿਹੜਾ ਜ਼ਾਹਰ ਹੈ ਦਿੱਲੀ ਸਟੇਟ ਬ੍ਰਾਹਮਣਵਾਦ ਦੀ ਜ਼ਹਿਰ ਸੀ ਇਹ ਇੱਕ ਸੈਟ ਪ੍ਰਾਪਤੀ ਹੈ ਦੂਸਰਾ ਪਾਰਟ ਮੈਂ ਸਮਝਦਾ ਵੀ ਕਿਸੇ ਵੀ ਮੂਵਮੈਂਟ ਦੇ ਲਈ ਆਈਕਨ ਹੋਣਾ ਲੀਡਰ ਹੋਣਾ ਜਿਸ ਵাল ਤੁਸੀਂ ਦੇਖ ਸਕੋ ਜਿਹਨੇ ਜ਼ਾਲਮ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਹੋਏ ਜਿਹੜਾ ਝੁਕਿਆ ਨਾ ਹੋਏ ਰੁਕਿਆ ਨਾ ਹੋਏ ਜਿਸ ਨੇ ਗਿਵ ਅਪ ਨਾ ਕੀਤਾ ਹੋਏ ਕਿਉਂਕਿ ਅਲਟੀਮੇਟਲੀ ਲੀਡਰ ਹੀ ਇੱਕ ਮੋਟੀਵੇਸ਼ਨ ਬਣਦਾ ਉਹ ਅਸੀਂ ਸਮਝਦੇ ਆਂ ਵੀ ਸੰਜ ਅਨਲਿਸਿੰਗ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ ਚ ਉਹ ਸ਼ਖਸੀਅਤ ਜਿਨ੍ਹਾਂ ਨੇ ਵੰਗਾਰਿਆ ਵੀ ਔਰ ਜੇ ਦੁਸ਼ਮਣ ਦੇ ਫੌਜੀ ਜਨਰਲ ਦੇ ਜਿਹੜਾ ਉਹ ਅਲਫਾਜ਼ ਚ ਕਹਿਣਾ ਹੋਏ ਜੂਨ 84 ਦੇ ਘੱਲੂ ਘਾਰੇ ਜਿਹੜੀ ਇੱਕ ਬਰਾਬਰ ਦਾ ਜਿਹੜਾ ਕੋਈ ਹੈ ਨਹੀਂ ਸੀ ਐਨਮੀ ਕੋਲ ਪਾਸੇ ਟੈਂਕ ਤੋਪਾਂ ਨੇ ਦੂਸਰੇ ਪਾਸੇ 40 50 ਸਿੰਘ ਜਿਹੜੇ ਭੁੱਖੇ ਪਾਣੇ ਘੇਰੇ ਹੋਏ ਨੇ ਤੇ ਜੇ ਦੁਸ਼ਮਣ ਦਾ ਜਨਰਲ ਕਹਿੰਦਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਤੇ ਸੰਤ ਪਿੰਡਾਂ ਵਾਲੇ ਜਨਰਲ ਸੁਬੇਕ ਸਿੰਘ ਪਾਈ ਅਮਰੀਕ ਸਿੰਘ ਉਹ ਇੱਕ ਇਤਿਹਾਸ ਸਿਰਜ ਦਿੱਤਾ ਹੈ ਔਰ ਫਿਰ ਉਦੋਂ ਤੋਂ ਲੈ ਕੇ ਹੁਣ ਅਸੀਂ ਦੀਪ ਸਿੰਧੂ ਤੱਕ ਜਦੋਂ ਗੱਲ ਕਰਦੇ ਆਂ ਤੇ ਇਹਨਾਂ 36 ਵਰਿਆਂ ਦੇ ਵਿੱਚ ਨਾਇਕਾਂ ਦੀ ਇੱਕ ਲੰਬੀ ਲਾਈਨ ਹੈ ਸਾਨੂੰ ਹਮੇਸ਼ਾ ਜਦੋਂ ਅਸੀਂ ਸਾਡੀ ਨੈਕਸਟ ਜਨਰੇਸ਼ਨ ਇਸ ਝੰਡੇ ਨੂੰ ਚੁੱਕ ਰਹੀ ਹੈ ਤੇ ਉਹਨਾਂ ਦੇ ਸਾਹਮਣੇ ਬਿਆਨ ਸਿੰਘਾਂ ਸਤਵੰਤ ਸਿੰਘਾਂ ਜਿੰਦਿਆਂ ਸੁਖਿਆਂ ਦਲਾਵਰ ਸਿੰਘਾਂ ਰਾਜੋ ਆਣਿਆ ਹਵਾਰਿਆਂ ਦੇ ਰੂਪ ਦੇ ਵਿੱਚ ਕਿੰਨੇ ਆਈਕਨ ਨੇ ਕਿ ਜਿਨ੍ਹਾਂ ਨੇ ਕਿਵੇਂ ਦੁਸ਼ਮਣ ਨੂੰ ਵੰਗਾਰਿਆ ਵੀ ਔਰ ਦੁਸ਼ਮਨ ਨੂੰ ਵਟੇ-ਵਟ ਵੀ ਪਾਇਆ ਇਹ ਕਿਸੇ ਵੀ ਮੂਵਮੈਂਟ ਦੇ ਲਈ ਬੜਾ ਇੰਪੋਰਟੈਂਟ ਹੁੰਦਾ ਹੈ ਫਿਰ ਉਸ ਦਾ ਸਕੋਪ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਦੁਨੀਆਂ ਦੇ ਜੇ 150 ਦੇ ਲਗਭਗ ਦੇਸ਼ਾਂ 'ਚ ਸਿੱਖ ਰਹਿੰਦੇ ਨੇ ਹਰ ਥਾਂ ਖਾਲਸਾਣ ਦੇ ਮੁਦਈ ਵੀ ਨੇ ਪੈਰੋਕਾਰ ਵੀ ਨੇ ਔਰ ਜੇ ਅਸੀਂ ਯੂਰਪ ਔਰ ਨਾਰਥ ਅਮਰੀਕਾ ਦੇ ਹਵਾਲੇ ਨਾਲ ਦੇਖੀਏ ਤੇ ਸਾਰੇ ਹੀ ਵੱਡੇ ਗੁਰਦੁਆਰੇ ਪ੍ਰੋਮਿਨੈਂਟਲੀ ਉਹ ਖਾਲਸਾਣੀ ਵਿਚਾਰਧਾਰਾ ਵਾਲਿਆਂ ਦੇ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਜਦੋਂ ਇਸ ਮਹੀਨੇ ਖਾਲਸਾ ਸਾਜਨਾ ਦਿਵਸ ਪੈਰੇਡਸ ਨਿਕਲ ਰਹੀਆਂ ਨੇ ਤਾਂ ਹਰ ਥਾਂ ਖਾਲਸ탄 ਦੀ ਜਿਹੜੀ ਗੱਲ ਹੈ ਉਹ ਹਵਾ ਦੇ ਵਿੱਚ ਫਜ਼ਾ ਦੇ ਵਿੱਚ ਜਿਹੜੀ ਹੈ ਬੁਲੰਦ ਹੈ। ਹੁਣ ਇਸ ਸਾਰੇ ਦੇ ਨਾਲ ਜੇ ਤੁਸੀਂ ਲੌਸਸਿਸ ਦੀ ਗੱਲ ਕਰੋ ਕਿ ਭਾਈ ਅਸੀਂ ਕਿੱਥੇ ਸਾਡੀ ਕਮਜ਼ੋਰੀ ਹੈ ਜਾਂ ਦੂਜੀ ਹੈ? ਜ਼ਾਹਰ ਹੈ ਕਿ ਇਹ ਲੜਾਈ ਬੜੀ ਅਨਈਵਨ ਸੀ ਜਦੋਂ ਸ਼ੁਰੂ ਹੋਈ ਅੱਜ ਵੀ ਅਨਈਵਨ ਹੈ। ਜਦੋਂ ਅਸੀਂ ਆਡਸ ਦੀ ਗੱਲ ਕਰਦੇ ਹਾਂ ਇੱਕ ਸਟੇਟ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਜਿਨ੍ਹਾਂ ਦੇ ਕੋਲ ਝੂਠ ਵੇਚਣ ਨੂੰ ਹੈ ਪਰੋਸਣ ਨੂੰ ਹੈ ਜਿਨ੍ਹਾਂ ਕੋਲ ਫੌਜੀ ਤਾਕਤ ਹੈ ਜਿਨ੍ਹਾਂ ਕੋਲ ਇਕਨੋਮਿਕਲ ਮਾਈਟ ਹੈ ਕਿ ਉਹ ਜਿਹੜੇ ਬਾਹਰਲੇ ਦੇਸ਼ ਸਾਡੇ ਨਾਲ ਹਮਦਰਦੀ ਕਰ ਸਕਦੇ ਨੇ ਉਹਨਾਂ ਤੋਂ ਹਥਿਆਰ ਲੈ ਕੇ ਖਰੀਦ ਕੇ ਉਹਨਾਂ ਦੀ ਜ਼ਮਾਨ ਦੀ ਦਾ ਮੂੰਹ ਬੰਦ ਕਰ ਦਿੰਦੇ ਨੇ ਔਰ ਇਸ ਸਭ ਦੇ ਬਾਵਜੂਦ ਆਵਾਜ਼ ਡਾਇਸਪੋਰਸ ਇਸ ਲੈਵਲ ਦੀ ਹੈ ਕਿ ਹਰ ਆਉਣ ਵਾਲੇ ਉੱਥੇ ਨੂੰ ਡਰ ਹੁੰਦਾ ਹੈ ਕਿ ਬਾਹਰ ਸਿੱਖਾਂ ਨੇ ਪ੍ਰੋਟੈਸਟ ਕਰਨੇ ਨੇ ਔਰ ਇਹ ਸਾਡੀ ਸਟਰੈਂਥ ਲੇਕਨ ਕਮਜ਼ੋਰੀ ਵਾਂ ਸਮਝਦਾ ਹੈ ਵੀ ਜੂਨ 84 ਤੋਂ ਇੱਕਦਮ ਬਾਅਦ ਇਵਨ ਉਸ ਤੋਂ ਵੀ ਪਹਿਲਾਂ ਜੇ 80 ਤੋਂ 84 ਤੱਕ ਅਸੀਂ ਨੈਰੇਟਿਵ ਦੇਖੀਏ ਜਿਹੜਾ ਭਾਰਤੀ মিডিਆ ਨੇ ਬਿਲਡ ਕੀਤਾ ਉਹ ਸਿੱਖਾਂ ਨੂੰ ਲਫ਼ਜ਼ ਵੀ ਉਹਨਾਂ ਨੇ ਹੀ ਘੜੇ ਅਤੰਕਵਾਦੀ अलगाववादी ਉਗਰਵਾਦੀ ਫਿਰ ਉਹਨਾਂ ਨੇ ਇਮੇਜ ਇਸ ਕਿਸਮ ਦੇ ਉਹਦੇ ਵਿੱਚ ਫਿਟ ਕੀਤੇ ਕਿਵੇਂ ਸੰਤ ਭਿੰਡਾਵਾਲਿਆਂ ਨੂੰ ਡਿਮਨਾਈਜ਼ ਕੀਤਾ ਕਿਵੇਂ ਸਾਰੀ ਸਟਰਗਲ ਨੂੰ ਔਰ ਉਸ ਟਾਈਮ ਫਰੇਮ ਨੂੰ ਜਿਹਦੇ ਵਿੱਚ ਕਿ ਬਹਾਦਰੀ ਨਾਲ ਯੋਧਿਆਂ ਨੇ ਸਰਕਾਰ ਦਾ ਮੂੰਹ ਭੰਨਿਆ ਉਸ ਨੂੰ ਕਾਲਾ ਦੌਰ ਜਦੋਂ ਨੈਰੇਟਿਵ ਜਾਂ ਟਰਮੀਨੋਲੋਜੀ ਤਾਂ ਇਹ ਹੈ ਅੱਜ ਵੀ ਇੱਕ ਸਾਡਾ ਤਤਕਾ ਵੀ ਉਹਨੂੰ ਕਾਲਾ ਦੌਰ ਕਹੇਗਾ ਜੀ ਹੁਣ ਇਸ ਸਾਰੇ ਚ ਲੇਕਨ ਅੱਜ ਵੀ ਬੇਸ਼ੱਕ ਹਕੂਮਤ ਦਾ ਜੇ ਅਸੀਂ ਮੀਡੀਆ ਤੇ ਕੰਟਰੋਲ ਦੇਖੀਏ ਲੇਕਨ ਇੱਕ ਨਵਾਂ ਵੈਪਨ ਜਿਹੜਾ ਸੋਸ਼ਲ ਮੀਡੀਆ ਦੇ ਰੂਪ ਚ ਸਾਹਮਣੇ ਆਇਆ ਉਸ ਨੇ ਉਸ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਸਰਕਾਰ ਦਾ ਮਾਈਟ ਦੇਖੋ ਕਿ ਅੱਜ YouTube ਹੋਏ Instagram ਹੋਏ Facebook ਹੋਏ ਕਿਵੇਂ ਉਸ ਦੇ ਉੱਤੇ ਵੀ ਉਹਨਾਂ ਨੇ ਜਿਹੜੀਆਂ ਵਿਰੋਧੀ ਆਵਾਜ਼ਾਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਪਾਰਟਨਰਸ਼ਿਪਸ ਕਰਕੇ ਔਰ ਅਸੀਂ D84 ਦੇ ਹਵਾਲੇ ਨਾਲ ਜੇ ਗੱਲ ਕਰੀਏ ਕਿ ਵੀ ਇਹੀ ਨਹੀਂ ਵੀ ਉੱਥੇ ਸਾਨੂੰ ਬੈਨ ਕੀਤਾ ਹੈ ਈਵਨ ਅਸੀਂ ਬਾਹਰਲੇ ਮੁਲਕਾਂ 'ਚ ਵੀ ਦੇਖ ਰਹੇ ਹਾਂ ਕਿ ਈਵਨ YouTube ਦੇ ਉੱਤੇ ਸਾਡੀ ਪਹੁੰਚ ਜਿਹੜੀ ਆ ਉਹ ਰੈਸਟ੍ਰਿਕਟਡ ਕਰ ਦਿੱਤੀ ਗਈ ਹੈ ਕਿਉਂਕਿ ਸਾਨੂੰ ਅੰਦਾਜ਼ਾ ਹੋ ਗਿਆ ਕਿ ਭਾਈ ਕੀ ਚੱਲ ਰਿਹਾ ਸੋ ਜਿਹੜੀ ਫੇਲਿਅਰ ਮੈਂ ਸਮਝਦਾ ਹਾਂ ਕਿ ਵੀ ਇਹਦੇ ਚ ਮੈਂ ਜ਼ਰੂਰ ਕਹਿਣਾ ਚਾਹੁੰਦਾ ਇਹ ਨਹੀਂ ਕਿ ਮੈਂ ਕੋਈ ਆਪਣਾ ਟੀਵੀ 84 ਦੀ ਕਹਾਣੀ ਦौराਣਾ ਚਾਹੁੰਦਾ ਲੇਕਨ ਮਿਸਪਲੇਸਡ ਪ੍ਰਾਇੋਰਟिज ਸਾਡੇ ਕੋਲ ਔਰ ਪਿਛਲੇ ਦਿਨਾਂ ਜੀ ਡਾਕਟਰ ਚੀਮਾ ਯੂਕੇ ਤੋਂ ਆਏ ਹੋਏ ਸੀ ਉਹ ਕਹਿਣ ਲੱਗੇ ਵੀ ਇੰਨੀ એનਰਜੀ ਹੈ ਸਿੱਖ ਕੌਮ ਚ ਇੰਨਾ ਐਥੂਸੀਆਜ਼ਮ ਹੈ ਜਉਂਦੀ ਜਾਗਦੀ ਕੌਮ ਹੈ ਲੇਕਨ ਸਾਡੀਆਂ ਪ੍ਰਾਇੋਰਟिज ਕਈ ਵਾਰ ਉਹ ਡਿਫਰੈਂਟ ਨੇ ਸਾਡੀ એનર્ਜੀ ਸਾਡੇ ਸਾਧਨ ਇੱਥੇ ਵੀ ਅਸੀਂ ਦੇਖੀਏ ਜੇ ਗੁਰਦੁਆਰਿਆਂ 'ਚ ਝਗੜੇ ਖੜੇ ਕਰਾਇਆ ਜਾਂਦੇ ਨੇ ਸਰਕਾਰੀ ਲੋਕਾਂ ਕੋਲੋਂ ਅਦਾਲਤਾਂ 'ਚ ਜਾ ਕੇ ਵਕੀਲਾਂ ਕੋਲ ਸਾਡੇ ਰਿਸੋਰਸ ਜਾਂਦੇ ਨੇ ਸਾਡੀਆਂ ਕਮੇਟੀਆਂ ਜਿੱਥੇ ਅਸੀਂ ਪੰਥਕ ਵਿਚਾਰਧਾਰਾ ਵਾਲਿਆਂ ਦਾ ਕੰਟਰੋਲ ਵੀ ਕਹਿੰਦੇ ਆ ਉਹਨਾਂ ਨੂੰ ਪੰਥਕ ਤੇ ਗੈਰ ਪੰਥਕ ਕੋਈ ਨਜ਼ਰ ਨਹੀਂ ਆਉਂਦਾ ਉਹਨਾਂ ਦੀ ਫੋਟੋ ਖਿਚਾਉਣ ਦੀ ਭੁੱਖ ਜਾਂ ਆਪਣੀ ਸ਼ਕਲ ਬਾਰ-ਬਾਰ ਦੇਖਣ ਦੀ ਭੁੱਖ ਉਹਨਾਂ ਨੂੰ ਹੀ ਉਹ ਪਲੋਸ ਰਹੇ ਹੁੰਦੇ ਨੇ ਜਿਹੜੇ ਪੰਥ ਦੀ ਪਿੱਠ 'ਚ ਛੁਰਾ ਮਾਰ ਰਹੇ ਹੁੰਦੇ ਨੇ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਅਸੀਂ ਆਪਣਾ ਪੈਰਲਲ ਨੈਰੇਟਿਵ ਦੇ ਲਈ ਕੋਈ ਇੰਟਰਨੈਸ਼ਨਲ ਲੈਵਲ ਦਾ ਚਾਹੀਦਾ ਤਾਂ ਇਹ ਸੀ ਜਿੰਨੇ ਸਿੱਖ ਡਾਇਸਪੋਰਾ ਚ ਵੀ ਨੇ ਇੰਗਲਿਸ਼ ਫ੍ਰੈਂਚ ਸਪੈਨਿਸ਼ ਨਾਰਵਿਜੀਅਨ ਯੂਕਰੇਨੀਅਨ ਉਹਨਾਂ ਸਾਰੀਆਂ ਜ਼ੁਬਾਨਾਂ ਦੇ ਵਿੱਚ ਜਿਹੜੀ ਸਾਡੀ ਪਹੁੰਚ ਹੁੰਦੀ ਅਸੀਂ ਸੇਵਾ ਦੇ ਪੱਖੋਂ ਤਾਂ ਚੁਣਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਯੂਨਾਈਟਿਡ ਸਿੱਖਸ ਹੋਏ ਖਾਲਸਾ ਐਡ ਹੋਏ ਔਰ ਦੂਸਰੀਆਂ ਜਥੇਬੰਦੀਆਂ ਉਹਨਾਂ ਨੇ ਦੁਨੀਆ ਭਰ ਚ ਜਾ ਕੇ ਯੂਕਰੇਨ ਦੇ ਹਵਾਲੇ ਨਾਲ ਵੀ ਯੂਨਾਈਟਿਡ ਸਿਕਸ ਦੀ ਗੱਲ ਹੁੰਦੀ ਹੈ ਲੇਕਿਨ ਜਿਹੜਾ ਇੰਟੈਲੈਕਚੁਅਲ ਲੈਵਲ ਦੇ ਉੱਤੇ ਅਸੀਂ ਕੋਈ ਗੰਭੀਰ ਥਿੰਕ ਟੈਂਕਸ ਕੋਈ ਸਾਡੀ ਸਟਰੈਟੇਜੀ ਕੋਈ ਸਾਡੀ ਕਮਿਊਨੀਕੇਸ਼ਨ ਦੂਸਰਿਆਂ ਤੱਕ ਅਸੀਂ ਤਾਂ ਆਪਣੇਾਂ ਤੱਕ ਵੀ ਕਈ ਮਾਮਲਿਆਂ 'ਚ ਪਹੁੰਚਾਣ 'ਚ ਜੇ ਕੋਈ ਹੁੰਦਾ ਹੈ ਤੇ ਉਹ ਇੱਕ ਦੂਜੇ ਦੀ ਰਾਈਵਲਰੀ 'ਚ ਔਰ ਜਦੋਂ ਅਸੀਂ ਮਿਸਪਲੇਸਡ ਪ੍ਰਾਇੋਰਟੀਜ਼ ਦੀ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਡਬਲ ਐਜਡ ਸਵਾਰਡ ਹੈ ਬੂਨ ਵੀ ਹੈ ਪਰ ਉਹਨਾਂ ਮੁੱਦਿਆਂ ਤੇ ਵੀ ਮਰਿਆਦਾ ਦਾ ਇਸ਼ੂ ਹੋਏ ਕਿਤੇ ਕੋਈ ਘਟਨਾ ਹੋਏ ਗਾੜੀ ਗਲੂਚ ਹੋਏ ਉਹ ਸਾਰੇ ਦੇ ਨਾਲ ਵੀ ਜੁੜ ਜਾਂਦਾ ਸੋ ਅਸੀਂ ਰਿਸੋਰਸਸ ਦੀ ਕਮੀ ਨਾਲ ਵੀ ਜੂਝ ਰਹੇ ਹਾਂ ਪਰ ਇਹ ਨਹੀਂ ਹੈ ਵੀ ਕੌਮ ਕੋਲ ਰਿਸੋਰਸਸ ਨਹੀਂ ਨੇ ਮਿਸਪਲੇਸ ਪ੍ਰਾਇੋਰਟੀਜ਼ ਦਾ ਅਥਲੌਰ ਮੈਂ ਸਮਝਦਾ ਹਾਂ ਵੀ ਅੱਜ ਦੀ ਦੁਨੀਆ ਚ ਜੇ ਕੋਈ ਸਭ ਤੋਂ ਜ਼ਿਆਦਾ ਪਾਵਰਫੁਲ ਵੈਪਨ ਹੈ ਤੇ ਉਹ ਮੀਡੀਆ ਹੈ ਕਮਿਊਨੀਕੇਸ਼ਨ ਹੈ ਤੁਸੀਂ ਯੂਕਰੇਨ ਰਸ਼ੀਆ ਕ੍ਰਾਈਸਿਸ ਦੇਖ ਲਓ ਜੀ ਕਿਵੇਂ ਦੋ ਨੈਰੇਟਿਵ ਦੋਨੋਂ ਆਪੋਜ਼ਿਟ ਨੇ ਔਰ ਇੱਕ ਹਿੱਸਾ ਇੱਕ ਦਾ ਕਬੂਲ ਰਿਹਾ ਦੂਜਾ ਦੂਜੇ ਦਾ ਕਬੂਲ ਰਿਹਾ ਪਰ ਸਾਡੇ ਮਾਮਲੇ 'ਚ ਤਾਂ ਜੋ ਨੈਰੇਟਿਵ ਉਬਰਦਾ ਹੈ ਉਹ ਇੰਡੀਅਨ ਸਟੇਟ ਦਾ ਉਬਰਦਾ ਹੈ ਹੁਣ ਆਸਟ੍ਰੇਲੀਆ ਦੀ ਖਬਰ ਤੁਸੀਂ ਮੈਨੂੰ ਭੇਜੀ ਸੀ ਕਿ ਭਾਈ ਇਹ ਸਾਈਨ ਬੋਰਡ ਇਕ ਲਵਾਇਆ ਹੈ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ ਔਰ ਉਸ ਦੇ ਉੱਤੇ ਜਿਹੜਾ ਖਾਰਿਸਤਾਨ ਡੈਕਲੇਰੇਸ਼ਨ ਡੇ ਦੀ ਕਿਵੇਂ ਸੈਂਕੜਿਆਂ ਦੀ ਗਿਣਤੀ ਸੀ ਈਮੇਲਾਂ ਉਹਨਾਂ ਨੇ ਲਿਖ ਕੇ ਜਿਹੜੀ ਅਥਾਰਟੀਜ਼ ਆ ਜਿਨ੍ਹਾਂ ਨੇ ਵੀ ਉਹ ਲਾਇਆ ਹੈ ਕਿ ਜੀ ਇੱਕ دہشتਗਰਦ ਔਰ ਮੈਨੂੰ ਤਾਂ ਖੌਫ ਆ ਰਿਹਾ ਮੈਂ ਤਾਂ ਦਫ਼ਤਰ ਚੱਲਿਆ ਸੀ ਮੈਂ ਉੱਥੋਂ ਵਾਪਸ ਮੋੜ ਆਇਆ ਹਾਂ ਹਾਊ ਕਮ ਇਸ ਹੁਣ ਇਹ ਹੈ ਸਾਡੇ ਕਿੰਨੇ ਕੁ ਲੋਕ ਨੇ ਜਿਹੜੇ ਜਿਹੜੇ ਕਿਸੇ ਨੂੰ ਈਮੇਲ ਪਾਉਣਗੇ ਕਿਸੇ ਨੂੰ ਲਿਖਣਗੇ ਕਿਸੇ ਦੇ ਨਾਲ ਅਦਰਵਾਈਜ਼ ਕਰਨਗੇ ਹਾਲਾਂ ਇਹ ਨਹੀਂ ਹੈ ਪੋਲੀਟੀਕਲੀ ਅਸੀਂ ਕੈਨੇਡਾ ਸਾਡੇ ਐਮਪੀ ਨੇ ਆਵਾਜ਼ ਹੈ ਖਾਲਸਾ ਹੈਰੀਟੇਜ ਮੰਥ ਹੈ ਇਥੋਂ ਦੀ ਅਸੀਂ ਗੱਲ ਕਰਦੇ ਹਾਂ ਯੂਐਸ ਕਾਂਗਰਸ ਚ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਹੈ 12 ਕਾਂਗਰਸਮੈਨਾਂ ਨੇ ਬਾਈਪਾਰਟਿਸਨ 14 ਅਪ੍ਰੈਲ ਨੂੰ ਸਿੱਖ ਡੇ ਦੇ ਤੌਰ ਨੈਸ਼ਨਲ ਸਿਕਰ ਡੇ ਦੇ ਤੌਰ ਤੇ ਮਾਨਤਾ ਦੇਣ ਦਾ ਰੈਜ਼ੋਲੂਸ਼ਨ ਲਿਆਂਦਾ ਹੋਇਆ ਯੂਕੇ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਬੀਬੀ ਪ੍ਰੀਤ कौर ਗਿੱਲ ਸਾਡੀ ਨੋ ਡਾਊਟ ਅਸੀਂ ਪੋਲੀਟੀਕਲੀ ਪੇਸ਼ਕਾਸ਼ਮੀ ਕੀਤੀ ਹੈ ਲੇਕਿਨ ਅਜੇ ਵੀ ਖਾਲਸਾਣ ਦੇ ਮੁੱਦੇ ਦੇ ਉੱਤੇ ਸੋਲਿਡ ਨੈਰੇਟਿਵ ਆਪਣੇ ਲੋਕਾਂ ਤੱਕ ਵੀ ਪਹੁੰਚਾਣ ਲਈ ਔਰ ਗੁਰਦੁਆਰਾ ਕਮੇਟੀਆਂ ਬੇਸ਼ੱਕ ਮੈਂ ਫਖਰ ਨਾਲ ਕਹਾਂ ਕਿ ਭਾਈ ਸਾਡੇ ਕੋਲ ਜਿਹੜਾ ਉਹ ਗੁਰਦੁਆਰਾ ਕਮੇਟੀਆਂ ਨੇ ਜਿਹੜੀਆਂ ਖਾਲਸਾਤਨ ਪੱਖੀ ਨੇ ਪਰ ਤੁਸੀਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਰਵਈਆ ਦੇਖੋਗੇ ਕਿ ਸਰਕਾਰੀ ਦਰਬਾਰੇ ਉਹਨਾਂ ਚੋਂ ਵੀ ਕੋਈ ਨਾ ਕੋਈ ਹਨੇਰੇ ਜਾਂਦਾ ਕੋਈ ਸਵੇਰੇ ਜਾਂਦਾ ਕਿ ਮੇਨ ਪ੍ਰੋਗਰਾਮਾਂ ਚ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਲਸਾਤਨ ਦੇ ਨੈਰੇਟਿਵ ਨੂੰ ਜਦੋਂ ਐਨ ਕੁਰਸੀਆਂ ਖਾਲੀ ਹੋਣ ਜਾਂ ਦੀਵਾਨ ਹਾਲ ਖਾਲੀ ਹੋਏ ਉਦੋਂ ਲਈ ਛੱਡ ਦਿੰਦੇ ਨੇ ਪਹਿਲਾਂ ਉਹ ਹੋਰ ਹੋਰ ਚੀਜ਼ਾਂ ਦੇ ਉੱਤੇ ਵਕਤ ਜ਼ਾਇਆ ਕਰਵਾਉਂਦੇ ਨੇ ਇਹ ਜਿਹੜੀ ਡਿਸਆਨੈਸਟੀ ਹੈ ਇਹ ਕਿਤੇ ਨਾ ਕਿਤੇ ਕਿਉਂਕਿ ਮੈਂ ਪਿਛਲੀਆਂ 4 ਦਹਾਈਆਂ ਤੋਂ ਪੰਥਕ ਸੇਵਾਦੈ ਪੜਚੈਂ ਮੈਂ ਕਿਸੇ ਨਿੱਜੀ ਮੇਰਾ ਨਾ ਕਿਸੇ ਨਾਲ ਜਿਹੜਾ ਉਹ ਵੈਰ ਹੈ ਨਾ ਕਿਸੇ ਪ੍ਰਤੀ ਨੈਗੇਟਿਵਿਟੀ ਹੈ ਪਰ ਕੌਮੀ ਤੌਰ ਤੇ ਮੈਂ ਦੇਖਦਾ ਕਿ ਸਾਡੀਆਂ ਮੈਨੇਜਮੈਂਟਸ ਇਸ ਪੱਖ ਤੋਂ ਇਮਾਨਦਾਰ ਨਹੀਂ ਨੇ ਜੀ ਡਾਕਟਰ ਬਿਲਕੁਲ ਇਹਨਾਂ ਸਾਰੇ ਸਵਾਲਾਂ ਦੇ ਉੱਤੇ ਜਿਹੜਾ ਆ ਉਹ ਐਨਾਲਿਸਿਸ ਵੀ ਕਰਨਾ ਬਣਦਾ ਆ ਤੇ ਫਿਰ ਉਹਨੂੰ ਜੇ ਐਮੈਂਡ ਕਰਨ ਲਈ ਕੁਝ ਕੀਤਾ ਜਾ ਸਕਦਾ ਉਹ ਵੀ ਬਣਦਾ ਪਰ ਇੱਥੇ ਜਦੋਂ ਅਸੀਂ ਲੋਕਾਂ ਦੀ ਗੱਲ ਕਰਦੇ ਆਂ ਲੋਕਾਈ ਦੀ ਗੱਲ ਕਰਦੇ ਆਂ ਤਾਂ ਇੱਕ ਸਵਾਲ ਜ਼ਰੂਰ ਮੰਨ ਦੇ ਵਿੱਚ ਆਉਂਦਾ ਜਿਵੇਂ ਇੰਨੀਆਂ ਸਾਰੀਆਂ ਚੀਜ਼ਾਂ ਤੁਸੀਂ ਟੋਟਲ ਵਾਰਡ ਦੇ ਥੱਲੇ ਆਈਡੈਂਟੀਫਾਈ ਕੀਤੀਆਂ ਨੇ ਇਹ ਸਭ ਕੁਝ ਚੱਲ ਰਿਹਾ ਆ ਜਿਹੜਾ ਲੋਕਾਂ ਨੂੰ ਨਜ਼ਰ ਵੀ ਆਉਂਦਾ ਤੇ ਸਮਝ ਵੀ ਆਉਂਦਾ ਪਰ ਫਿਰ ਵੀ ਲੋਕ ਬਹੁਤੀ ਵਾਰੀ ਇਹ ਸਾਰੇ ਤੋਂ ਮਨਕਰ ਹੁੰਦਿਆ ਤੁਸੀਂ ਜ਼ਿਕਰ ਕੀਤਾ ਕਿ ਡਾਇਸਪੋਰਾ ਸਿੱਖਾਂ ਦਾ ਵਫਦ ਮੋਦੀ ਨੂੰ ਮਿਲਣ ਜਾ ਰਿਹਾ ਹੈ ਪਿਛਲੇ ਹਫ਼ਤਿਆਂ ਦੇ ਵਿੱਚ ਮਹੀਨਿਆਂ ਦੇ ਵਿੱਚ ਅਸੀਂ ਦੇਖੀਆਂ ਨੇ ਪਿਕਚਰਜ਼ ਆਈਆਂ ਨੇ ਉਹ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਫੰਕਸ਼ਨ ਦੀਆਂ ਹੋਣ ਜਾਂ ਉਹਦੇ ਤੋਂ ਪਹਿਲਾਂ ਵਫਦ ਮਿਲਣ ਦੀਆਂ ਹੋਣ ਮਤਲਬ ਕਿਵੇਂ ਇੱਕ ਤਬਕਾ ਆ ਜਿਹੜਾ ਉਸ ਪਾਸੇ ਨੂੰ ਜਾ ਕੇ ਝੁਕਦਾ ਹੈ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਤਲਬ ਇਹ ਮਾਨਸਿਕਤਾ ਕੀ ਹੈ ਤੇ ਕਿਉਂ ਹੈ ਮਤਲਬ ਇਹ ਉਹੀ ਗੱਲ ਹੈ ਜਿਵੇਂ ਤੁਸੀਂ ਮਿਸਟਰ ਪੇਨ ਦਾ ਜ਼ਿਕਰ ਕੀਤਾ ਵੀ ਅਮਰੀਕਾ ਦੀ ਇੰਡੀਪੈਂਡੈਂਸ ਦੇ ਵਾਰ ਦੇ ਵਿੱਚ ਵੀ ਇੱਕ ਵੱਡਾ ਤਬਕਾ ਸੀ ਜਿਹੜਾ ਕਹਿੰਦਾ ਸੀ ਵੀ ਕਿਉਂ ਇਹਨਾਂ ਨਾਲ ਮਤਲਾ ਲਾਇਆ ਕਿਉਂ ਸਾਨੂੰ ਆਜ਼ਾਦੀ ਚਾਹੀਦੀ ਹੈ ਇਹ ਐਵੇਂ ਹੀ ਰਹਿੰਦਾ ਆ ਜਾਂ ਮਤਲਬ ਇਹ ਕੀ ਹੈ ਕਿ ਇਹ ਵਰਤਾਰਾ ਨਹੀਂ ਬਿਲਕੁਲ ਤੁਸੀਂ ਜੋ ਅਖੀਰ ਤੁਸੀਂ ਖੁਦ ਹੀ ਜਵਾਬ ਦਿੱਤਾ ਹਰ ਫ੍ਰੀडम ਸਟਰਗਲ ਤੁਸੀਂ ਦੁਨੀਆ ਦੀ ਇਵਨ ਅਸੀਂ ਆਪਣੀ ਵੀ ਜਦੋਂ 18ਵੀਂ ਸਦੀ ਦੀ ਦੇਖਦੇ ਹਾਂ ਸਾਨੂੰ ਲੱਗਦਾ ਕਿਉਂਕਿ ਇਸ ਗੱਲ ਦਾ ਧਿਆਨ ਰੱਖ ਜਿਹੜੇ ਨੈਗੇਟਿਵ ਲੋਕ ਹੁੰਦੇ ਨੇ ਡਰੇ ਹੁੰਦੇ ਨੇ ਵਿਕੇ ਹੁੰਦੇ ਨੇ ਕਮਜ਼ੋਰ ਹੁੰਦੇ ਨੇ ਦਬਾਅ ਚ ਆਂਦੇ ਨੇ ਉਹ ਇਤਿਹਾਸ ਦੇ ਘਟੇ ਚ ਗਵਾਟ ਜਾਂਦੇ ਨੇ ਸਰਵਾਈਵ ਉਹੀ ਕਰਦਾ ਜੋ ਬੈਸਟ ਹੁੰਦਾ ਜਦੋਂ ਅੱਜ ਅਸੀਂ 18ਵੀਂ ਸਦੀ ਦੇ ਆਪਣੇ ਨਾਇਕਾਂ ਵੱਲ ਦੇਖਦੇ ਤੇ ਸਾਨੂੰ ਇਸ ਗੱਲ ਦਾ ਧਿਆਨ ਰਹਿ ਕਿ ਉਦੋਂ ਵੀ ਆਪਣਿਆਂ ਚੋਂ ਹੀ ਸੀ ਜਿਹੜੇ ਦੁਸ਼ਮਨ ਨਾਲ ਜਿਹੜਾ ਉਹਨਾਂ ਦੇ ਨਾਲ ਉਹਨਾਂ ਦਾ ਸਹਿਚਾਰ ਵੀ ਸੀ ਡਰੇ ਵੀ ਸੀ ਉਹਨਾਂ ਦੀ ਲਾਈਨ ਟੋ ਕਰਦੇ ਸੀ ਔਰ ਮੈਂ ਸਮਝਦਾ ਹਾਂ ਵੀ ਇਹ ਜੋ ਕੇ ਸਾਡੇ ਸੰਘਰਸ਼ ਚ ਆਮ ਸਿੱਖ ਸੰਗਤ ਤੇ ਜਾਂ ਆਮ ਸਿੱਖ ਜਨਤਾ ਦੇ ਉੱਤੇ ਮੇਰਾ ਕੋਈ ਰੋਸਾ ਨਹੀਂ ਹੈ ਮੈਂ ਸਮਝਦਾ ਹਾਂ ਵੀ ਲੋਕ ਵਿਕਦੇ ਵੀ ਨੇ ਵਿਕਦੇ ਆਏ ਨੇ ਵਿਕਰੇ ਨੇ ਵਿਕਣ ਗਏ ਵੀ ਡਰਦੇ ਵੀ ਨੇ ਡਰਦੇ ਆਏ ਨੇ ਡਰ ਰਹੇ ਨੇ ਡਰਦੇ ਰਹਿਣਗੇ ਵੀ ਲੇਕਿਨ ਇਹਦੇ باوجود ਇੱਕ ਵੱਡਾ ਤਬਕਾ ਜਿਹੜਾ ਇਸ ਗੱਲ ਦੇ ਉੱਤੇ ਵਚਨਬੱਧ ਹੈ ਕਿ ਭਾਈ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ ਅਲਟੀਮੇਟਲੀ ਉਹੀ ਪ੍ਰਵੇਲ ਕਰਦਾ ਹੈ ਨੇ 18ਵੇਂ ਸਦੀ ਚ ਵੀ ਉਹੀ ਪ੍ਰਵੇਲ ਕੀਤੇ ਔਰ ਅੱਜ ਵੀ ਜਿਹੜਾ ਖਾਲਸਾ ਨਾ ਝੁਕਣ ਵਾਲਾ ਹੈ ਨਾ ਡਰਨ ਵਾਲਾ ਹੈ ਨਾ ਵਿਕਣ ਵਾਲਾ ਹੈ ਜਿਹੜਾ ਪੰਥ ਦੀ ਆਵਾਜ਼ ਔਰ ਦਰਿਆ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਸਿਰਜਣ ਦੇ ਲਈ ਦ੍ਰਿੜ ਹੈ ਅਲਟੀਮੇਟਲੀ ਉਹੀ ਪ੍ਰਵੇਲ ਕਰੇਗਾ ਬਾਕੀ ਇਹ ਸਾਰੇ ਜਿੰਨੇ ਟੌਂਟ-ਬਟੌਂਟ ਕਿਸਮ ਦੇ ਲੋਕ ਨੇ ਇਹ ਸਾਰੇ ਇਤਿਹਾਸ ਦੇ ਘਟੇ ਚ ਗਵਾਚ ਜਾਣਗੇ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਈਵਰਜ਼ ਇੱਥੇ ਇੱਕ ਛੋਟੇ ਜੇ ਕਮਰਸ਼ਲ ਬ੍ਰੇਕ ਤੇ ਲਈ ਰੁਕਾਂਗੇ ਬ੍ਰੇਕ ਤੋਂ ਬਾਅਦ ਦੁਬਾਰਾ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ